ਪਛਾਣਿਆ ਨਹੀਂ? ਨਹੀਂ, ਇਧਰੋਂ ਮੈਂ ਹੀ ਆਇਆ। ਪਛਾਣ ਲਿਆਣਾ? ਨਹੀਂ ਪਛਾਣਾ। ਅੱਛਾ ਜੀ, ਪਰ ਤੁਹਾਨੂੰ ਸ਼ਰਮ ਨਹੀਂ ਆਉਂਦੀ? ਬਗੈਰ ਇਜਾਜ਼ਤ ਨਾ ਜਾਂਦੇ। ਓ ਬਗੈਰ ਇਜਾਜ਼ਤ ਕਿਉਂ ਨਾ ਆਵਾਂ? ਮੈਨੂੰ ਪਤਾ ਲੱਗਿਆ ਕਿ ਇੱਥੇ ਮੇਰਾ ਭਰਾ ਖਾਮਦ ਲੱਗਾ ਹੈ। ਹਾਂ, ਮੈਂ ਉਹਨੂੰ ਸਮਝਾਉਣ ਲਈ ਆਇਆ ਕਿ ਅਗਰ ਪੁੱਤਰ ਅਤੇ ਖਾਮਦ ਲੱਗ ਹੀ ਗਿਆ ਤੇ ਜਿਹੜੇ ਖਾਨਦਾਨ ਨਾਲ ਸਾਡਾ ਚਲੱਗੇ, ਅਸੀਂ ਸਾਰੀ ਜ਼ਿੰਦਗੀ ਔਰਤ ਨੂੰ ਥੱਲੇ ਲਾ ਕੇ ਰੱਖਿਆ। ਅੱਛਾ, ਮੈਂ ਅਬ ਸਮਝੀ। ਜੀ, ਤੋ ਤੁਮ ਇਹ ਚਾਹਤੇ ਹੋ ਕਿ ਤੁਹਾਡਾ ਵਟੈਵਰ ਜੋ ਵੀ ਫਰੈਂਡ ਹੈ ਉਹ ਥੱਲੇ ਲੱਗ ਕੇ ਰੱਖੇ? ਹੈ? ਥੱਲੇ ਲੱਗ ਕੇ ਰੱਖੇ। ਥੱਲੇ ਲਾ ਕੇ ਰੱਖੇ ਅੰਨੀ ਦੀ ਬੱਚੀਏ। ਨਾਲੇ ਤੈਨੂੰ ਇੱਕ ਗੱਲ ਦੱਸਦੇ ਆ, ਇਹ ਸਿਰਫ ਪੰਜਾਬੀ ਚ ਹੁੰਦਾ ਹੈ ਥੱਲੇ ਲਾ ਕੇ ਰੱਖਣਾ, ਉਰਦੂ ਮੈਂ ਹੁੰਦਾ ਹੈ ਥਾਲੇ ਲਗਾ ਕੇ ਰੱਖਣਾ। ਕਿਉਂਕਿ ਸਾਡੀ ਪਿੰਡ ਚ ਉਹਦਾ ਛਿੱਤੇ ਅੱਲਾ ਦੀ ਰਹਿਮਤ ਨਾਲ ਬੀਵੀਆਂ ਥੱਲੇ ਲਾ ਕੇ ਰੱਖੀਆਂ ਨੇ। ਓ ਅੱਛਾ, ਖੌਫ ਹੀ ਇੰਨਾ। ਮੈਂ ਤੇ ਮੱਝ ਕੋਲ ਲੰਘ ਜਾਵਾਂ, ਜਿਹੜੀ 8 ਕਿਲੋ ਦੁੱਧ ਦਿੰਦੀ ਏ ਉਹ 10 ਕਿਲੋ ਕਰ ਦਿੰਦੀ ਏ, ਤੇ ਚੌਧਰੀ ਲੰਘ ਗਿਆ ਘਟਾਉਣਾ ਨਹੀਂ ਚਾਹੀਦਾ। ਮੈਂ ਪਰਸੋਂ ਮੁਰਗੀ ਖਾਨੇ ਕੋਲ ਲੰਘਿਆ, ਹਰ ਕੁੱਕੜੀ ਨੇ ਮੇਰੇ ਖੌਫ ਨਾਲ ਤਿੰਨ ਤਿੰਨ ਆਂਡੇ ਦਿੱਤੇ, ਸਿਰਫ ਇੱਕ ਨੇ ਇੱਕ ਦਿੱਤਾ। ਮੈਂ ਕਿਹਾ ਤੈਨੂੰ ਸਾਡਾ ਖੌਫ ਨਹੀਂ, ਇੱਕ ਆਂਡਾ? ਉਹ ਕਹਿੰਦੀ ਤੇਰੇ ਖੌਫ ਨਾਲ ਦਿੱਤਾ, ਵਰਨਾ ਮੈਂ ਤਾਂ ਕੁੱਕੜ ਆ। ਇਸ ਲਈ ਕਹਿੰਦੇ ਆ ਕਿ ਬੀਵੀਆਂ ਨੂੰ ਥੱਲੇ ਲਾ ਕੇ ਰੱਖੋ ਤਾਂ ਕਿ ਮਰਦ ਮਰਦ ਹੀ ਹੁੰਦਾ ਹੈ। ਅੱਛਾ, ਤੋ ਆਪ ਸਮਝੀ, ਤੁਮ ਹੋ ਗੋ ਮਰਦ ਜੋ ਔਰਤ ਕੋ ਆਪਣੇ ਪਾਉ ਕੀ ਜੂਤੀ ਸਮਝਦੇ ਹੋ। ਜੀ, ਆਪਣੀ ਮਾਜੋ ਵਾਲੀ ਬਾਤੇ ਕਰਕੇ, ਆਪਣੇ ਕੁਕੜੋ ਵਾਲੀ ਬਾਤੇ ਕਰਕੇ ਮੁਝੇ ਧਮਕਾਨੇ ਯਹਾਂ ਪਰ ਆਏ ਹੋ, ਤੁਮਹਾਰੀ ਦਾਲ ਗਲਨੇ ਵਾਲੀ ਨਹੀਂ, ਯੇ ਬਾਤ ਯਾਦ ਰੱਖ। ਦਾਲ ਕਿਉਂ, ਮੇਰੇ ਤੋਂ ਚਨੇ ਵੀ ਗਲ ਜਾਏਗੇ। ਕੀ ਹੈ ਤੂੰ ਐਸੇ ਕਿਆ ਦੇਖ ਰਹੇ ਹੋ? ਖੂਬਸੂਰਤ ਲੜਕੀ ਨਹੀਂ ਦੇਖੀ ਕਦੇ? ਓ ਮਾਸ਼ਾਅੱਲਾ, ਮੂੰਹ ਧੋ ਕੇ ਥਲੋਂ ਅਮਾਨਤ ਚੰਨ ਨਿਕਲਣਾ। ਮੇਰੀ ਬਾਤ ਸੁਣੋ। ਹਾਂ ਹਾਂ, ਕਿਆ ਬਾਤ ਸੁਣੋ? ਦੇਖੇ ਜਾ ਰਹੇ ਹੋ, ਦੇਖੇ ਜਾਓ, ਕਹਾਂ ਐਸੀ ਤੁਹਾਰੇ ਨਸੀਬ ਮੇ? ਹਾਂ ਮਾਸ਼ਾਅੱਲਾ, ਹੈ ਨਾ, ਮੇਰਾ ਐਸਾ ਨਸੀਬ ਕਹਾਂ? ਦੇਖੋ ਕਿੰਨੇ ਬਿਊਟੀਫੁਲ। ਹਾਂ ਹੈ ਨਾ, ਅੱਲਾ ਮਾਫ ਕਰੇ। ਔਰਤ ਨੂੰ ਥੱਲੇ ਲਾ ਕੇ ਰੱਖਣਾ ਚਾਹੀਦਾ, ਬਸ ਨੀਚੇ ਲਗਾ ਕੇ ਰੱਖਣਾ ਚਾਹੀਏ। ਮੇਰੀ ਬਾਤ ਸੁਣੋ, ਔਰਤ ਕੀ ਇੱਜ਼ਤ ਕਰੋ। ਅੱਛਾ, ਕਿਉਂਕਿ ਤੁਮ ਸ਼ਾਇਦ ਇਹ ਭੁੱਲ ਰਹੇ ਹੋ ਕਿ ਔਰਤ ਹੀ ਹੈ ਜਿਸ ਕੀ ਵਜ੍ਹਾ ਸੇ ਤੁਮ ਕਾਮਯਾਬ ਹੋਤੇ ਹੋ, ਆਗੇ ਬੜ੍ਹਤੇ ਹੋ, ਉੱਪਰ ਜਾਤੇ ਹੋ, ਸਿਰਫ ਔਰਤ ਕੀ ਵਜ੍ਹਾ ਸੇ। ਹਾਂ, ਵੋ ਸਿਰਫ ਮਾਂ। ਅਰੇ ਬੇਵਕੂਫ, ਜ਼ਰਾ ਇਹ ਬਤਾਓ, ਅਗਰ ਔਰਤ ਨਾ ਹੋਤੀ ਤੋ ਤੁਮ ਮਰਦ ਕਹਾਂ ਜਾਤੇ? ਹਮ ਆਪਸ ਮੇਂ ਮਸ਼ਵਰਾ ਕਰ ਲੇਤੇ। ਅਬ ਆਪ ਤੁਮ ਬਤਾਓ, ਅਗਰ ਮਰਦ ਨਾ ਹੋਤੇ ਤੁਮ ਔਰਤੇ ਕਹਾਂ ਜਾਤੀ? ਕਿਉਂਕਿ ਰਿਮੋਟ ਕੰਟਰੋਲ ਤੋ ਹਮਾਰੇ ਪਾਸ ਹੈ। ਅਰੇ ਜਾਓ ਜਾਓ, ਤੁਹਾਡਾ ਦਿਮਾਗ ਖਰਾਬ ਹੋ ਗਿਆ ਮੁਝੇ ਦੇਖ ਕੇ। ਅਰੇ ਕਿਆ, ਉਹ ਸਲਵਾਰ ਵੀ ਪਾਈ ਹੈ? ਇਤਨਾ ਸੈਂਸ ਨਹੀਂ ਤੁਮੇ ਕਿ ਇਸਕੇ ਸਾਥ ਸਲਵਾਰ ਵੀ ਪਹਿਨਤੇ ਹੈ? ਫੈਸ਼ਨ ਹੈ ਆਜਕਲ ਕਾ, ਆਪਣੇ ਕਪੜੇ ਦੇਖੋ ਫਿਰ ਬਾਤ ਕਰੋ। ਆਪਣੇ ਕਪੜੇ ਕੀ, ਅਲਹਮਦੁਲਿਲਾ ਪੰਜਾਬ ਦਾ ਕਲਚਰ ਹੈ, ਇਹ ਕੋਈ ਆਮ ਚੀਜ਼ ਹੈ? ਅੱਛਾ, ਇਹ ਧੋਤੀ ਨੂੰ ਤੂੰ ਕੀ ਸਮਝਣੀ ਹੈ? ਕੀ ਸਮਝ? ਇਹਦੇ ਤੇ ਕੋਰੇ ਰਿਸਰਚ ਕਰ ਰਹੇ ਨੇ ਕਿ ਹੈ ਕੀ। ਕੋਰਿਆਂ ਨੇ ਅੱਗੇ ਲੰਮੀ ਪਾਈ, ਸੋਚੀ ਜਾ ਰਹੇ ਇਹ ਧੋਤੀ ਕਾ ਮਸਲਾ ਕਿਆ ਹੈ, ਇਹ ਕੌਣ ਸਾ ਏਅਰ ਕੰਡੀਸ਼ਨ ਡਰੈਸ ਬਣਾ ਦੀ ਹੈ ਇਹਨਾਂ ਨੇ। ਗੋਰੇ ਨੇ ਧੋਤੀ ਬੰਨੀ, ਉਹ ਸੋਚਦਾ ਹੀ ਰਿਹਾ ਕਿ ਇਹ ਕੌਣ ਸਾ ਡਰੈਸ ਹੈ, ਕਹਾਂ ਸੇ ਹਵਾ ਆਤੀ ਔਰ ਕਹਾਂ ਸੇ ਨਿਕਲ ਜਾਤੀ ਹੈ। ਧੋਤੀ ਕੇ ਬੜੇ ਫਾਇਦੇ ਹੈ। ਵੋ ਕਿਆ? ਆਪ ਸਫ਼ਰ ਪੇ ਜਾ ਰਹੇ ਹੋ, ਥੱਕ ਜਾਏ ਇਹਨੂੰ ਥੱਲੇ ਵਿਛਾਓ, ਸੌਂ ਜਾਓ, ਹਲਕੀ ਸੀ ਸਰਦੀ ਲੱਗੇ ਉੱਤੇ ਲੈ ਲਓ। ਅਗਰ ਬੱਚਾ ਹੋ ਜਾਏ ਆਪਦਾ, ਇਸੇ ਧੋਤੀ ਨੂੰ ਮੰਜੀ ਨਾਲ ਬਣ ਕੇ ਬੱਚਾ ਵਿੱਚ ਪਾ ਕੇ ਉਰੇ ਮਾਰ ਪਰੇ ਮਾਰ ਉਰੇ ਮਾਰ।